ਦੂਜੇ ਦਿਨ ਰੋਲ ਪੇਂਡੂ ਖੇਤਰ ਦੀ ਸਭ ਤੋਂ ਵੱਡੀ ਅਤੇ ਅਹਿਮ ਵਿਦਿਅਕ ਸੰਸਥਾ ਐਮ ਐਸ ਐਮ ਕਾਨਵੈਂਟ ਸਕੂਲ ਧੋਨੀ ਰੋਡ ਚੋਲਾ ਸਾਹਿਬ ਦਾ ਸਾਲਾਨਾ 5ਵਾਂ ਇਨਾਮ ਵੰਡ ਸਮਾਰੋਹ ਸਕੂਲ ਪ੍ਰਬੰਧਕਾਂ ਸਕੂਲ ਸਟਾਫ ਤੇ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਵਿੱਚ ਯਾਦਗਾਰੀ ਬੋਲ ਫੜਿਆ। ਸਕੂਲ ਦੇ ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਤੇ ਉਹਨਾਂ ਦੇ ਸਮੂਹ ਪਰਿਵਾਰ ਤੇ ਸਟਾਫ ਨੇ ਸਕੂਲ ਦੇ ਬਾਨੀ ਸਵਰਗੀ ਸਰਦਾਰ ਮੁਖਤਿਆਰ ਸਿੰਘ ਸੰਧੂ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਟ ਕਰਕੇ ਜੋਤ ਜਗਾਈ। ਇਸ ਸਮੇਂ ਉਚੇਚੇ ਤੌਰ ਤੇ ਪੁੱਜੇ ਸਰਦਾਰ ਨਿਰਮਲ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਤੇ ਜਥੇਦਾਰ ਗੁਰਬਚਨ ਸਿੰਘ ਕਰਤੂਵਾਲਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਬਨ ਕੱਟ ਕੇ ਇਨਾਮ ਵੰਡ ਸਮਾਰੋਹ ਦਾ ਆਗਾਜ਼ ਕੀਤਾ। ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਸਕੂਲ ਦੇ ਨਰਸਰੀ ਜਮਾਤ ਤੋਂ ਲੈ ਕੇ 12ਵੀਂ ਤੱਕ ਵਿਦਿਆ ਪ੍ਰਾਪਤ ਕਰ ਰਹੇ ਨੰਨੇ ਮੁੰਨੇ ਸੈਂਕੜੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਗਿੱਧਾ ਭੰਗੜਾ, ਹਰਿਆਣਵੀ ਡਾਂਸ, ਰਾਜਸਥਾਨੀ ਡਾਂਸ, ਹਿੰਦੀ ਪੰਜਾਬੀ ਗੀਤ ਤੇ ਕੋਰੀਓਗ੍ਰਾਫੀ, ਫੈਂਸੀ ਡਰੈਸ, ਹਾਸਦਾਸ ਤੇ ਗਿਆਨ ਭਰਪੂਰ ਸਕਿੱਟਾਂ, ਨਸ਼ਿਆਂ ਤੋਂ ਬਚਨ ਅਤੇ ਇਹਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਰਸ ਭਰਪੂਰ ਗੀਤ ਸੰਗੀਤ ਆਦਿ ਦੀਆਂ 43 ਵੱਖ ਵੱਖ ਬਣਗੀਆਂ ਹੰਡੇ ਹੋਏ ਗਾਇਕਾਂ, ਅਦਾਕਾਰਾਂ ਤੇ ਕਮੇਡੀਆਂ ਵਾਂਗ ਪੇਸ਼ ਕਰਕੇ ਆਪੋ ਆਪਣੀ ਵਿਲੱਖਣ ਕਲਾ ਦਾ ਆਏ ਪਤਵੰਤਿਆਂ ਤੇ ਆਪਣੇ ਮਾਪਿਆਂ ਸਾਹਮਣੇ ਪੇਸ਼ ਕਰਕੇ ਤਾੜੀਆਂ ਦੀ ਗੂੰਜ ਦੁਹਾ ਪਾਇਆ। ਅਜੇ ਤੱਕ ਵਾਪਸ ਨਹੀਂ ਆਏ। ਕੋਈ ਨਾ ਕੋਈ ਨਾ, ਤੁਸੀਂ ਫਿਕਰ ਨਾ ਕਰੋ, ਆ ਜਾਣਗੇ। ਲੈ ਆ ਦੇਖੋ ਆ ਗਏ ਨੇ, ਚਲੋ ਤੁਸੀਂ ਗੱਲਾਂ ਬਾਤਾਂ ਕਰੋ, ਮੈਂ ਚਾਹ ਬਣਾ ਕੇ ਲਿਆਉਂਦਾ। ਕੀ ਹਾਣਾ ਮੰਡੀ ਦੇ ਉਹ ਬਾਪੂ? ਸ਼ਾਬਾਸ਼ ਪੁੱਤਰੋ, ਸ਼ਾਬਾਸ਼, ਖੁਸ਼ ਕੀਤਾ ਜੇ, ਖੁਸ਼ ਕੀਤਾ ਜੇ ਪੁੱਤਰੋ, ਖੁਸ਼ ਕੀਤਾ ਜੇ। ਇਹ ਪ੍ਰਮਾਤਮਾ ਇਹੋ ਜੀ ਨੇਕ ਲਾਦ ਹਰ ਘਰ ਵਿਚ ਪੈਦਾ ਕਰੀ, ਹਰ ਘਰ ਵਿਚ ਪੈਦਾ ਕਰੀ। ਬਾਪੂ ਜੀ ਉਹ ਮੇਰੀ ਇੱਕ ਸਲਾਹ ਹੈ ਤੁਹਾਡੇ ਨਾਲ। ਕਿਹੜਾ ਬਿਜ਼ਨਸ ਕਰਨਾ ਚਾਹੁੰਦੇ ਜੇ ਮੇਰੇ ਸ਼ੇਰ ਪੁੱਤਰੋ? ਬਾਪੂ ਮੇਰਾ ਇਰਾਦਾ ਹੈ ਆਪਾਂ ਇਸ ਵਾਰ ਆੜਤ ਦਾ ਲਾਇਸੈਂਸ ਲਈਏ। ਆੜਤ ਦਾ ਲਾਇਸੈਂਸ? ਹਾਂਜੀ ਬਾਪੂ ਜੀ, ਆੜਤ ਦਾ ਲਾਇਸੈਂਸ। ਇਸ ਮੌਕੇ ਮੁੱਖ ਮਹਿਮਾਨ ਸਰਦਾਰ ਨਿਰਮਲ ਸਿੰਘ ਨੇ ਕਿਹਾ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ, ਵਿਦਿਆ ਤੋਂ ਬਿਨਾਂ ਮਨੁੱਖ ਅਧੂਰਾ ਹੈ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਜਿਹੜੇ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਨਮਾਨ ਕਰਕੇ ਵਿਦਿਆ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦੇ ਹਨ, ਸਫਲਤਾ ਹਮੇਸ਼ਾ ਉਹਨਾਂ ਦੇ ਪੈਰ ਹੁੰਦੀ ਹੈ। ਇਸ ਮੌਕੇ ਗੁਰਬਚਨ ਸਿੰਘ ਕਰਨੂਵਾਲਾ ਨੇ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਪੜ੍ਹਾਈ ਕਰਨ ਵੱਲ ਜ਼ੋਰ ਦਿੱਤਾ। ਕੈਪਟਨ ਸਵਰਨ ਸਿੰਘ ਜੀ, ਚੰਚਲ ਸਿੰਘ ਜੀ, ਸਰਦਾਰ ਡਾਕਟਰ ਉਪਕਾਰ ਸਿੰਘ ਜੀ ਸੰਧੂ, ਚੇਅਰਮੈਨ ਆਫ ਦ ਸਕੂਲ ਕੁਲਦੀਪ ਕੌਰ ਸੰਧੂ, ਸਰਦਾਰ ਰਣਜੀਤ ਸਿੰਘ ਜੀ, ਸ਼੍ਰੀਮਤੀ ਸੰਦੀਪ ਕੌਰ, ਪ੍ਰਿੰਸੀਪਲ ਆਫ ਦ ਸਕੂਲ ਰਿਸ਼ਕੇਸ਼ ਕੁਮਾਰ ਜੀ, ਵਾਈਸ ਪ੍ਰਿੰਸੀਪਲ ਜਸਪਾਲ ਕੌਰ ਸਿੱਧੂ, ਸ੍ਰੀ ਵੇਕ ਐਨ ਅਦਰ ਡਿਗਨਿਟੀਜ਼, ਦੋਜ ਹੂ ਆਰ ਅਟੈਂਡਿੰਗ ਦਿਸ ਫੰਕਸ਼ਨ, ਬੱਚੇ ਉਹਨਾਂ ਦੇ ਨਾਲ, ਉਹਨਾਂ ਦੇ ਪੇਰੈਂਟਸ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਵੈਰੀ ਗਰੇਟਫੁੱਲ ਡਾਕਟਰ ਉਪਕਾਰ ਸਿੰਘ ਜੀ ਦੇਅਰ ਸਰਵਿਸਿਸ in this field of education, they are remarkable.
बड़िया कंट्रीब्यूशन इन्ह महान ने। ठीक है कि सरकारी स्कूल जड़े ने वो काम कर रहे ने, साढ़े को इन्ने इंफ्रास्ट्रक्चर नहीं है, स्टाफ की कमी है, लेकिन साड़ी ये कमी जड़ी पूरी कर रहे ने जिन्हें भी पब्लिक स्कूल ने, इन्हों का योगदान बड़ा महान है। दूसरी गल अध्यापकों की है, अध्यापक ये किता बड़ा महान किता है। इंग्लिश कहा जाता टीचिंग इज नॉट एवरी बॉडी कप ऑफ टी, टीचिंग इज नॉट एवरी बॉडी कप ऑफ टी। मेहनत नाल अध्यापक बच्चों मेहनत कराते ने, समाज कोई प्रोफेशन यहोजा नहीं है कि जिहड़ा अपने बच्चों बिना किसी डर दे बिना किसी खौफ दे इन अध्यापकों के कोल भेजते हैं। यही किता पवित्र किता है जिथे सारे समाज नू माण है इन अध्यापकों ते। मैं प्रोग्राम देख रहा छोटे छोटे बच्चे कि किवें जो अध्यापक इन्हां च टैलेंट पा दिंदे ने उही ये करदे ने। एक बहुत वड्डा अध्यापकों का योगदान है, उन्हां दी मेहनत है कि किन्नी मेहनत नाल जिहड़े बच्चे आउंदे ने उन्हां नू किस तरीके नाल उह तैयारी कराउंदे ने और उस तरह उस शेप विच उन्हां नू मोल्ड कर दिंदे ने। ये उन्हां दा एक बहुत ही शलाघाजोग काम है। टीचिंग तो है ही है, नाल टीचिंग दे नाल अदर एक्टिविटीज जिहड़े कराउंदे ने जिन्हां ते असीं सारे अज मापे देखण आए हाँ, सानूं बड़ी उत्सुकता है कि साढ़े बच्चे की करते ने। इत्थे आ के उन्हां देख के उन्हां दी परफॉर्मेंस देख के सानूं बड़ा वधिया लगता है। जे तुसीं जिहड़े मापे अज आए ने जे तुसीं घरे कहो बच्चे नूं नहीं करते तो परफॉर्मेंस नहीं करते, लेकिन एक अध्यापक दे कहे ते जो ट्रेन किया है इत्थे आ के पूरी परफॉर्मेंस करते ने। सो इन अध्यापकों का बहुत वड्डा योगदान है। साड़ी अज की जो लोड़ है वो ये है कि साड़ी मॉरल एजुकेशन चाहे वह मापिया वालों होवे अध्यापकों वालों होवे समाज वालों होवे इहदी बहुत लोड़ है कि बच्चों के अंदर वो संस्कार पैदा करने वो चंगे गुण पैदा करने कि जिहड़े साढ़े समाज लई लाहेवंद होण। घाट है असीं मॉरल एजुकेशन तो पिछे हुंदे जा रहे हाँ। बड़ी हैरानी की गल है कि मैं कुछ समा पहला एक स्कूल से विजिट किया और स्कूल के जिन्हें लड़के लड़कियां पढ़ते सी उन्होंने एक ही गल पूछी कि बच्चे दस्यो अच स्कूल आए हो पेरेंट्स नूं अच सवेरे उठ के उन्होंने पैरी हाथ लाया होवे ते आउण लग्या तुसीं उन्हां नूं उन्हां कोल विश लई होवे नन ऑफ दी कैंडीडेट कोई नहीं खड़ा होया। ये घर तो ही बाहरों किवें सिखांगे। तो मापिया का भी थोड़ा फर्ज है कि उन्होंने इस लीह ते लियाउण क्योंकि आशीर्वाद जो बच्चे लैणगे तो मापिया का दिता हुआ आशीर्वाद या किसी बजुर्ग का दिता हुआ आशीर्वाद जो सच्चे दिलों दिता है तो वह गल कई बार सौ च एक बार सच्ची हो जाती है। मैनू याद है कि मैं क्लास प्लस टू की टीच कर रहा सी और एक लड़की बहुत इंटैलीजेंट सी, इन्नी इंटैलीजेंट सी कि जो असी टीच करते सी उस तरह ही वो हू हू क्लास में बोल देंगे सी। आइदर शी बिलोंग टू एस सी कैटेगरी पर शी वॉज वेरी इंटैलीजेंट IAS कैलीबर सी और उसनों मैं पूछया भी तू किस तरह, उसने कहा कि मैं सवेरे उठ के अपने मम्मी पापा के पहला विश करती हाँ, उन्होंने स्कूले आने तो पहला चाह बना के दिंदी हाँ, उन्हों का आशीर्वाद मेरे नाल है तो मैं भी आशीर्वाद देता मैं तू जल्दी जिदन तू प्लस टू करेगी ना तेरी नौकरी मिल जानी आ। कहीं सर हाउ इट इज़ पॉसीबल, हो ही नहीं सकता। उसने पहला नन का कोर्स किया होया सीगा ANM का कोर्स किया होया सी और प्लस टू च बाद दाखला लिया। ये नैचुरली कहा गया और लड़की जिस दिन प्लस टू का रिजल्ट आता है और नाल मिठाई का डब्बा लैके विद पेरेंट्स आ रही है। मैं की गल होगी कहते पास भी हो गई तो अज इन आज देखो अपॉइंटमेंट लैटर भी मिल गया जी। ਸਮਾਜ ਸੇਵੀ ਡਾਕਟਰ ਗੁਰਬਾਰ ਸਿੰਘ ਸੰਧੂ ਨੂੰ ਸੰਬੋਧਨ ਕਰਦੇ ਹੋਏ ਕਿਹਾ
कि उन्होंने अज माण है कि साडे स्कूल के पिंड की विद्यार्थियों ने जिथे विद्या के खेत्र में मुकाम मारियां उत्थे खेडां के खेत्र में भी सूबा पदरी मुकाबलों चो बेशुमार मल्लां मार के अपना अते अपने स्कूल का नाम ऊंचा कीता है। ਕਿੰਨਾ ਸੋਹਣਾ ਸੁਪਨਾ ਰਿਹਾ ਸੀ, ਸਾਰਾ ਮਜ਼ਾ ਹੀ ਕਿਰਕਿਰਾ ਕਰਕੇ ਰੱਖਤਾ। ਤੈਨੂੰ ਮੈਂ ਕਿਹਾ ਨਾ, ਜਦ ਮੈਂ ਸੌ ਰਿਹਾ ਹੋਵਾਂ ਮੈਨੂੰ ਡਿਸਟਰਬ ਨਾ ਕਰਿਆ ਕਰ। ਪਰ ਕੁਝ ਮੇਰੇ ਵੀ ਤਾਂ ਸੁਪਨੇ ਸੀ ਤੇਰੇ ਵਾਸਤੇ। ਹੋਣਗੇ ਚਾਹ ਪੀ ਲੈ। मार के ते तके रब नू मार रहे, माता रब दा नाम दूजा च ऐश करनी औलगी जट दे। मां की होया? मां किथे सी, केड़ी पार्टी होती है जगिया? मां मेरे सारे दोस्त राजू रवि सरवण ते पूजा भी आई हुई सी। ते जो शर्म नहीं होती, तेरी मां खड़ी है सामने। जगजीत सिंह सन ऑफ दर्शन सिंह का घर यही है? यही है, पर सुख तो है? कोई सुख नहीं है। उसने कहा तरनचान चौक के एक बुजुर्ग औरत दी मालियां सारियां ने ते मौके तो फरार है। नहीं, मेरा जग्गा नहीं कर सकता, ओ तो कॉलेज पढ़ता है। तू की कहना चाहनी है? जेडे बच्चे कॉलेज पढ़ते हो चोरियां ते नशे नहीं करते ने? नहीं, जग्गा नहीं कर सकता। ये तेरे पुत्र की तस्वीर है ना? हां, मेरे पुत्र की तस्वीर है। ना समझा जाना ना तू इनू। मेरा नाम नथू है, नथू। डंडा कमा के मैं कुटदा घट ते कड़ीसदा ज्यादा। डंडा कमा के जदों तेरा पुत घरे आ जे ओनू थाने घल दी, नहीं ते नंगा करके कुटू। डंडा कमा के ना सुन लिया ना? किवें वर्जे कीता, घर घर जाके कम कीता, इन्हां नू कॉलेज भी पढ़ाया ताकि ये कह ना सकन इन्हां दे पिता दी मौत तो बाद सानू कुछ कराया नी। पर मैनू की पता सी इन्हां ने बच्चे। ओ की होया माणू? जगिया माणू कुछ हो गया ही डॉक्टर। की होया इन्हां नू? जद मैं घर आया ये डिगे हुए। मां हुंदी है बोर्ड दी शान लुको ते वड्डा दुनिया ते मां दा नां लुको। जिस घर दे विचो मां तुर जाए ते वेड़ा करदा जे पां लुको। दर्शन वेख्या विच जहान रह के दुनिया पूज दी मां नू तां लुको। दुनिया पूज दी मां नू तां लुको। सॉरी, शी इज नो मोर, ए मर चुके ने। ਉਹਨਾਂ ਕਿਹਾ ਕਿ ਉਹ ਇਹ ਵਿਦਿਅਕ ਸੰਸਥਾ ਪੈਸੇ ਕਮਾਉਣ ਲਈ ਨਹੀਂ ਬਲਕਿ ਆਪਣੇ ਪਿਤਾ ਸਵਰਗੀ ਸਰਦਾਰ ਮੁਖਤਿਆਰ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੇਵਾ ਭਾਵ ਨਾਲ ਕਰ ਰਹੇ। ਇਸ ਮੌਕੇ ਉਹਨਾਂ ਵੱਖ ਵੱਖ ਖੇਡਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਦਰ ਯਾਦਗਾਰੀ ਚਿੰਨ੍ਹ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ 10 ਬਜ਼ੁਰਗਾਂ ਨੂੰ ਗਰੀਬ ਵਿਧਵਾ ਔਰਤਾਂ ਨੂੰ ਰੁਜ਼ਗਾਰ ਚਲਾਉਣ ਲਈ ਚਲਾਈ ਮੁਹਿੰਮਾਂ ਮੁਫ਼ਤ ਵੰਡੀਆਂ ਗਈਆਂ। Thank you.
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਮਾੜੀ ਕਪੂਕੀ, ਜਰਮਨ ਸਿੰਘ ਦੰਦੋਕੇ, ਸਰਦਾਰ ਸੁਭੇਗ ਸਿੰਘ ਧੁੰਨ, ਕੈਪਟਨ ਸਰਵਨ ਸਿੰਘ ਧੰਦੂਪੁਰ, ਅਜੀਤ ਸਿੰਘ ਪ੍ਰਧਾਨ, ਕੁਲਵੰਤ ਸਿੰਘ ਲਹਿਰ, ਅਰਮ ਸਿੰਘ ਭਰੋਵਾਲ, ਗੁਰਭੇਜ ਸਿੰਘ ਬਾਜਵਾ, ਸ਼ਿਵਦੇਵ ਸਿੰਘ ਰਾਵਾ ਸਰਪੰਚ ਕਲੇਰ, ਹਰਵਿੰਦਰ ਸਿੰਘ ਗੋਲਵੜ, ਹਰਦੇਵ ਸਿੰਘ ਆੜਤੀਆ, ਪ੍ਰਿੰਸੀਪਲ ਰਕੇਸ਼ ਕੁਮਾਰ ਸ਼ਰਮਾ, ਮਨਜੀਤ ਸਿੰਘ ਸੰਧੂ ਪ੍ਰਧਾਨ, ਪ੍ਰੈਸ ਕਲੱਬ ਚੋਲਾ ਕੁਸੈਰ, ਪ੍ਰਿੰਸੀਪਲ ਸਕੱਤਰ ਸਿੰਘ ਲਾਲਪੁਰ, ਗੁਰਨਿਸ਼ਾਨ ਸਿੰਘ ਬੀਬੀ, ਬਲਵਿੰਦਰ ਸਿੰਘ ਮਾੜੀ ਕਪੋਕੇ, ਸੁਭੇਗ ਸਿੰਘ ਗੋਲਵੜ, ਡਾਕਟਰ ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸਾਡੇ ਪਿੰਡ ਕਈਆਂ ਘਰਾਂ ਦੇ ਚਿਰਾਗ ਬੁਝ ਗਿਆ, ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਜਦੋਂ ਬੱਚੇ ਨਹੀਂ ਰਹਿੰਦੇ, ਮਾਪੇ ਕੀ ਕਰਨ? ਇਹ ਮੇਰੇ ਪਿੰਡ ਦੀ ਗੱਲ ਨਹੀਂ, ਹਰ ਪਿੰਡ ਦੀ ਤੇ ਘਰ ਘਰ ਦੀ ਕਹਾਣੀ ਬਣੀ ਆ। ਸੋ ਸਾਨੂੰ ਇਹਤੇ ਵੀ ਸਚੇਤ ਹੋਣਾ ਚਾਹੀਦਾ ਵਾ। ਹੱਥ ਬੰਨ ਕੇ ਬੇਨਤੀ ਆ, ਬੱਚਿਆਂ ਨੂੰ ਸਮਝਾਓ, ਆਪ ਸਮਝੋ, ਨਸ਼ਿਆਂ ਨੂੰ ਬਚੀਏ। ਜੇ ਵੱਡੇ ਆਪਾਂ ਬਚਾਂਗੇ ਤੇ ਬੱਚਿਆਂ ਨੂੰ ਆਪਾਂ ਸਿੱਧੇ ਰਾਹ ਪਾ ਸਕਦੇ। ਜੇ ਪਿਓ ਸ਼ਰਾਬ ਪੀਂਦਾ ਸ਼ਾਮ ਨੂੰ, ਉਹ ਬੱਚਿਆਂ ਨੂੰ ਕੋਈ ਸਿੱਧ ਦੇ ਸਕਦਾ। ਉਸ ਤੋਂ ਬਾਅਦ ਆ ਜੋ ਸਾਡੇ ਦੇਸ਼ ਚ ਸਭ ਤੋਂ ਵੱਡੀ ਲਾਹਨਤ ਆ ਬਾਲ ਮਜ਼ਦੂਰੀ ਦੀ, ਬੱਚਿਆਂ ਨੂੰ ਵੀ ਆਯੋਜਿਤ ਕੀਤਾ, ਬਹੁਤ ਵਧੀਆ ਪ੍ਰੋਗਰਾਮ, ਇਹ ਹੋਣਾ ਨਹੀਂ ਚਾਹੀਦਾ। ਉਹ ਬੱਚੇ ਜਿਹੜੇ ਹੁਣ ਕੋਈ ਭਾਂਡੇ ਮੰਜਣਗੇ, ਉਹ ਕੀ ਦੇਸ਼ ਤੇ ਕੌਮ ਦੀ ਸੇਵਾ ਕਰਨਗੇ? ਮੈਂ 2 ਮਿੰਟ ਸਿਰਫ ਲੈਣੇ ਆ, ਮੈਂ ਬੱਚਿਆਂ ਬਾਰੇ ਗੱਲ ਕਰ ਲੱਗਾ। ਵਾਲੇ ਮੇਰੇ ਵੀਰਾਂ ਨੂੰ ਪਤਾ ਹੋਣਾ, ਜਿਹੜੇ ਪੜ੍ਹੇ ਲਿਖੇ ਆ, ਫੌਜ ਚ ਅਸੀਂ ਵੋਫਰ ਤੋਂ ਭਾਲਿਆ ਸੀ, ਮੈਂ ਫੌਜੀ ਹੋਣ ਕਰਕੇ ਗੱਲ ਕਰ ਰਿਹਾ। ਮੈਂ ਇੱਥੋਂ ਇੱਕ ਡੈਪੂਟੇਸ਼ਨ ਗਿਆ ਸੀ ਅਫਸਰ ਔਰ ਜੇ ਸੀ ਓ ਸਾਹਿਬਾਨ, ਮੈਂ ਉਹਨਾਂ ਨਾਲ ਗਿਆ ਸਵੀਡਨ ਚ, ਉਹ ਤੋਹਫਾ ਲੈਣ ਵਾਸਤੇ, ਪਹਿਲਾਂ 3 ਮਹੀਨੇ ਟ੍ਰੇਨਿੰਗ ਕਰਨ ਵਾਸਤੇ। ਉੱਥੇ ਸਾਨੂੰ 5 ਸਟਾਰ ਹੋਟਲ ਖੜਾਇਆ ਸੀਗਾ, ਪਰ ਬਾਹਰਲੇ ਮੁਲਕ ਜਿਹੜੇ ਗਏ, ਮੈਂ ਤਾਂ ਕਿਤੇ ਗਿਆ ਨੀ, ਉੱਥੇ ਸਿਰਫ ਗਿਆ ਵਾ। ਉੱਧਰ ਜੋ ਖਾਣਾ ਲੋਕੀ ਆਪਣੇ ਉਹ ਮਸਾਲੇ ਦੇ ਤੇਜ਼ ਨੀ ਖਾਂਦੇ ਜਿੰਨੇ ਆਪਾਂ ਮਸਾਲੇ ਖਾਂਦੇ ਹਾਂ, ਉਹ ਸਿਰਫ ਨਾਲ ਨਾਲ ਹੀ ਖਾਣਾ ਬਣਾ ਕੇ ਲੂਣ ਪਾ ਕੇ ਇਸ ਤਰ੍ਹਾਂ ਖਾਂਦੇ ਲੋਕ, ਉਹ ਬਿਮਾਰ ਵੀ ਨੀ ਹੁੰਦੇ ਮਸਾਲੇ ਖਾ ਕੇ, ਬਿਮਾਰ ਵੀ ਬਹੁਤ ਹੁੰਦੇ। ਕਈ ਕਰਕੇ ਆਪਦੇ ਨੂੰ ਖਾਣਾ ਖਾਧਾ, ਡਾਕਟਰ ਸਾਹਿਬ ਸਾਨੂੰ ਉਹ ਕਿੱਥੋਂ ਸਵਾਦ ਲੱਗਣਾ ਜਿਹੜੇ ਅਸੀਂ ਮਸਾਲੇ ਪਾ ਕਰਕੇ ਲਾ ਲਾ ਖਾਂਦੇ ਹਾਂ। ਅਸੀਂ ਪੁੱਛਿਆ ਵੀ ਕੋਈ ਇੱਥੇ ਮੁੰਡਾ ਕੰਮ ਕਰਨ ਵਾਲਾ ਤੇ ਰੋਟੀਆਂ ਪਕਾਉਣ ਵਾਲਾ ਪ੍ਰਿੰਸੀਪਲ ਸਾਹਿਬ ਕੋਈ ਮਿਲ ਸਕਦਾ ਵਾ? ਉਹ ਸਾਡੀ ਗੱਲ ਸੁਣ ਕੇ ਜਿਵੇਂ ਬੰਦਾ ਹੈਰਾਨ ਹੋ ਜਾਂਦਾ ਨਾ, ਅਜੇ ਉਹ ਕਿਸੇ ਕੰਮ ਆਤੇ ਅਸੀਂ ਆਖਿਆ ਰੋਟੀ ਬਣਾਉਣ ਵਾਸਤੇ। ਉਹ ਕਹਿੰਦੇ ਜਿਹੜਾ ਬੱਚਾ ਹੁਣ ਤੋਂ ਰੋਟੀਆਂ ਬਣਾਊਗਾ, ਉਹ ਤਾਂ ਫਿਰ ਉਹਦਾ ਜ਼ਿੰਦਗੀ ਦੇ ਬਾਅਦ ਰੋਟੀਆਂ ਪਕਾਉਣ ਜਾਣਾ ਕੀ, ਉਹਨੇ ਕੀ ਤਰੱਕੀ ਕਰਨੀ ਕੀ ਨਹੀਂ ਕਰਨੀ? ਅਸੀਂ ਵਿਚਾਰ ਕੇ ਰਹਿ ਗਏ। ਜਿਹੜੀ ਤੁਸੀਂ ਗੱਲ ਸੁਣ ਕੇ ਚਾਹੁੰਦੇ ਹੋ ਗਏ, ਜਿਹੜਾ ਉਹ ਹੋਟਲ 'ਚ ਅਸੀਂ ਠਹਿਰੇ ਸਾਂ 5 ਸਟਾਰ 'ਤੇ, ਜਿਹੜੀ ਉਹਦੀ ਮੈਸੇਜ ਸੀਗੀ, ਉਹ ਕਮਰੇ ਸਵੇਰੇ ਸਫਾਈ ਕਰਨੀ ਹੋ ਜਾਂ ਮਸ਼ੀਨਾਂ 'ਤੇ ਚੱਲੀਆਂ ਵਾ, ਜਾਂ ਮਸ਼ੀਨਾਂ ਨੇ ਕਰਦੀ ਸੀ, ਕਰਦੀ ਉਹ ਸਫਾਈ ਹੁੰਦੀ। ਸਾਨੂੰ 10 ਦਿਨ ਬਾਅਦ ਪਤਾ ਲੱਗਾ, ਅਸੀਂ ਪੁੱਛਿਆ ਉਹਨਾਂ ਸਾਨੂੰ ਜਿਹੜੇ ਉੱਥੇ ਕੰਮ ਕਰਦੇ ਸੀ ਵੇਟਰ ਵਗੈਰਾ, ਆਦੇ ਜੋ ਮਾਲਕ ਆ ਉਹਦੀ ਮੈਸੇਜ ਆ, ਸਾਡੇ ਪੈਰਾਂ ਠੰਡੀ ਕੀ ਜ਼ਰੂਰਤ? 5 ਸਟਾਰ ਦਾ ਮਾਲਕ ਆ, ਉਹ ਜਿਹੜੀ ਵਾਈਫ ਆ ਉਹ ਕਮਰੇ ਸਫਾਈ ਕਰਦੀ। ਅਸੀਂ ਜਦੋਂ ਥੋੜ੍ਹਾ ਚਿਰ ਥੋੜ੍ਹਾ ਉਹਨਾਂ ਕੋਲ ਮਿਲ ਗਏ, ਅਸੀਂ ਉਹ ਮਾਲਕ ਨਾਲ ਗੱਲ ਕੀਤੀ, ਉਹ ਕਹਿੰਦਾ ਗੱਲ ਇਹ ਆ ਜੀ ਵੀ ਜਿਹੜੀ ਮੇਰੀ ਮੈਸੇਜ ਆ, ਇਹਨੇ ਕੰਮ ਕਰਨਾ ਡਾਕਟਰ ਸਾਹਿਬ, ਜੇ ਇੱਥੇ ਨਾ ਕਰੂਗੀ ਇਹਨੇ ਨਹੀਂ ਕਰਨਾ, ਇਹਨੂੰ ਬਾਹਰ ਜਾਣਾ ਪਊਗਾ ਕੰਮ, ਅਸੀਂ ਜੇ ਬਾਹਰ ਜਾਣਾ ਫਿਰ ਘਰੇ ਕਰ। ਇਹ ਹਾਲਤ ਆ ਉਹਨਾਂ ਲੋਕਾਂ ਦੀ, ਤਾਂ ਹੀ ਉਹ ਤਰੱਕੀ ਕਰਦੇ ਆ। ਅਸੀਂ ਤਾਂ ਜਿਹਦੇ ਕੋਲ 4 ਪੈਸੇ ਹੋਈ ਤੇ 10 ਨੌਕਰ ਚਾਹੀਦੇ ਆ, ਕੋਈ ਜੁੱਤੀ ਪਾਉਣ ਨੂੰ ਚਾਹੀਦਾ, ਕੋਈ ਸਾਡੇ ਬੂਟਿਆਂ ਤੱਕੇ ਵੱਧਣ ਨੂੰ ਚਾਹੀਦਾ ਵਾ, ਇਹ ਬੜੀ ਦੁੱਖ ਦੀ ਗੱਲ। ਇੱਥੋਂ ਤੱਕ ਲੀਡਰ ਇੰਨੇ ਗਿਰੇ ਸਾਡੇ, ਤੇ ਗਾਹ ਜਿਹੜੇ ਉਹਨਾਂ ਨੇ ਬੂਟ ਪਾਉਣੇ ਉਦੋਂ ਵੀ ਗਿਰੇ, ਲੋਕੀ ਮਰ ਜਾਣ ਰੱਬ ਕਰਕੇ, ਹੁਣ ਲੋਕ ਜਿਹਨੂੰ ਕੋਈ ਜ਼ਮੀਰ ਨਹੀਂ ਜਿੰਨਾ ਲੋਕਾਂ ਦੀ। ਮੈਂ ਵੇਖਿਆ ਲੀਡਰ ਦੇ ਬੂਟ ਪਾਉਂਦੇ ਵਿੱਚ ਮਰਜੋ ਰੱਬ ਕਰਕੇ, ਤੁਸੀਂ ਮਰਜੋ ਤੇ ਲੀਡਰ ਉਹ ਜਿਹੇ ਮਰਜੇ ਜਿਹੜੇ ਆਪਣੇ ਆਪਣਾ ਬੂਟ ਨਹੀਂ ਪਾ। ਇਹ ਹਾਲਤ ਤਾਂ ਸਾਡੇ ਦੇਸ਼ ਦੀ ਮੈਂ ਟਾਈਮ ਤੇ ਲੈ ਰਿਹਾ, ਤੁਸੀਂ ਕਹਿਣਾ ਕੀ ਕਹਿ ਰਹੇ ਕਰਦੇ ਸਰ, ਬਿਲਕੁਲ ਇਹ ਸੱਚ ਆ। ਪਰ ਨਹੀਂ, ਰੱਬ ਦੇ ਵਾਸਤੇ ਜੇ ਰੱਬ ਨੇ ਤੁਹਾਨੂੰ ਸੁਣ ਦਿੱਤਾ ਵਾ, ਪਰ ਕੰਮ ਜ਼ਰੂਰ ਕਰੋ, ਲੋਕਾਂ ਦੀ ਸੇਵਾ ਕਰੋ, ਲੋਕਾਂ ਨੂੰ ਵਿਅਸ ਕੱਟੋ, ਇਹ ਕੰਮ ਜ਼ਰੂਰ ਕਰੋ। ਤੋ ਮੈਂ ਜ਼ਿਆਦਾ ਸਮਾਂ ਲੈਣਾ ਕਿਉਂਕਿ ਬਹੁਤ ਟਾਈਮ ਹੋ ਗਿਆ ਵਾ। ਮੈਂ ਡਾਕਟਰ ਅਵਤਾਰ ਸਿੰਘ ਨੂੰ ਬੇਨਤੀ ਕੀਤੀ ਸੀ, ਉਹਨਾਂ ਦੀ ਮੈਸੇਜ ਖੜੋਤੀ ਆ, ਪ੍ਰਿੰਸੀਪਲ ਜਾ ਵੀ ਆ, ਕਿ ਇਹ ਪ੍ਰੋਗਰਾਮ ਆਪਣਾ ਹਰ ਸਾਲ ਬੜਾ ਲੰਮਾ ਹੋ ਜਾਂਦਾ ਵਾ,
ਬੱਚੇ ਵੀ 6-8 ਵਜੇ ਦੇ ਆਏ 5 ਵਜੇ ਦੇ ਥੱਕ ਜਾਂਦੇ ਆ, ਉਹਨਾਂ ਦੇ ਪੇਰੈਂਟਸ ਦੇ ਮਾਪੇ ਆਏ ਆ, ਉਹਨਾਂ ਨੂੰ ਘਰੇ ਕੋਈ ਕੰਮ ਕਰਨੇ ਹੁੰਦੇ। ਮੈਂ ਕਿਹਾ ਵੀ ਥੋੜਾ ਘੱਟ ਕਰੀਏ ਜਾਂ 2 ਦਿਨ ਕਰ ਲਿਆ ਕਰੀਏ, ਕੋਈ ਦਿਨ ਨਹੀਂ ਆ, ਪਰ 2 ਦਿਨ ਕਰ ਲਿਆ ਕਰੀਏ, ਵਿਹਲੇ ਅਸੀਂ ਕੋਈ ਗੱਲ ਨੀ, ਅੱਜ ਤੱਕ ਕਣਕਾਂ ਬੀਜੀਆਂ, ਮਾਪੇ ਵਿਹਲੇ ਅਸੀਂ ਵਿਹਲੇ ਹਾਂ। ਇਹ ਮੈਡਮ ਮੇਰੀ ਗੱਲ ਤੁਸੀਂ ਸਿਫਾਰਸ਼ ਕਰ ਦਿਓ, ਤੁਹਾਨੂੰ ਦੱਸਦਾ ਮੈਂ ਤੁਸੀਂ ਵੇਖ ਰਹੇ ਸੀ ਚੋਹਲਾ ਸਾਹਿਬ ਤੋਂ ਰਾਜਵੀਰ ਸਿੰਘ ਤੇ ਭਗਤ ਸਿੰਘ ਦੀ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।